ਚੁੱਲ੍ਹੇ ਵਾਲਾ ਉਹ ਵੇਖੋ ਚੜਿਆ ਨਾਲ ਉਹ ਅਰਸ਼ ਤੇ ਮਾਨਾ ਹੋ ਗਏ ਦੋਵੇਂ ਗੁੱਥਮ ਗੁੱਥੀ ਬਗਲਾਂ ਭਰੀਆਂ ਗਈਆਂ ਬਿਲਕੁਲ ਨਾਲ ਚਿੰਬੜ ਕੇ ਪਕੜ ਮਜ਼ਬੂਤ ਕਰਦਾ ਪਿਆ ਬੱਲੇ ਇਹ ਮੁਹੰਮਦ ਇਰਫਾਨ ਹੈ ਕੁਦਰਤ ਚੁੱਲ੍ਹੇ ਵਾਲਾ ਸੁਖਮਨ ਦਾ ਵੀਰ ਹੈ ਕਬੱਡੀ ਵੱਡੀ ਪੈਂਦੀ ਪਈ ਇਸ ਟਾਈਮ ਸਾਨਾ ਦਾ ਭੇੜ ਜ਼ੋਰ ਲੱਗਦੇ ਪਏ ਨੇ ਪੂਰੇ ਹਿੰਮਤ ਤਾਕਤ ਦੀ ਗੱਲ ਹੁੰਦੀ ਪਈ ਪਰ ਨੰਬਰ ਜਾਫੀ ਦਾ ਨੰਬਰ ਹਿੰਦੁਸਤਾਨ ਦੇ ਖਾਤੇ ਅਰਸ ਚੋਲੇ ਨੇ ਜੋੜਿਆ ਕਿ ਰਾਜ ਕਾਕੜੇ ਪੀੜਾ ਵਿੱਚੋਂ ਖਾਸ ਬੋਲਦੇ ਹੁੰਦੇ ਨੇ ਅਣਖਾਂ ਖੱਤਰੀ ਨੇ ਫਿਰ ਨੰਬਰ ਜਿਹੜਾ ਇੰਡੀਆ ਦੇ ਵਾਸਤੇ ਜੋੜ ਦਿੱਤਾ ਹੈ ਜ਼ਬਰਦਸਤ ਫਾਈਨਲ ਅਗਲੀ ਰੇਡ ਫਿਰ ਪਾਉਣ ਦੇ ਵਾਸਤੇ ਮਲਕ ਬਿਨਿਆਮੀਨ ਪਾਕਿਸਤਾਨ ਦੀ ਕਬੱਡੀ ਦਾ ਆਉਣ ਵਾਲੇ ਸਮੇਂ ਦਾ ਵਾਰਸ ਚੜ੍ਹਦੀ ਵਰੇਸ਼ ਦਾ ਖਿਡਾਰੀ ਮੋਦੀ ਖੁਸ਼ੀ ਹੈ ਮੁਹੰਮਦ ਸਰਵਰ ਸਾਹਿਬ ਔਰ ਗਵਰਨਰ ਪੰਜਾਬ ਉਹ ਵੀ ਆਨੰਦ ਲੈ ਰਹੇ ਨੇ ਲੁਫਤ ਲੈ ਰਹੇ ਨੇ ਖੇਡ ਦਾ ਨਵਜੋਤ ਜੋਤਾ ਕਬੱਡੀ ਪਾਉਣ ਦੇ ਲਈ ਇੰਡੀਆ ਦੀ ਟੀਮ ਦਾ ਖਿਡਾਰੀ ਕਪੂਰਥਲੀਆ ਫਿਰ ਅੱਗੇ ਵੱਲ ਵੱਧਦਾ ਹੋਇਆ ਨਵਜੋਤ ਜੋਤੇ ਦੀ ਰੇਡ ਹੈ ਕਮਰ ਜ਼ਮਾਨ ਬੱਟ ਪਾਕਿਸਤਾਨ ਦੀ ਟੀਮ ਦਾ ਚੜ੍ਹਦੀ ਉਮਰ ਦਾ ਜਾਫੀ ਸੱਜੇ ਖੱਬੇ ਘੇਰਦਾ ਹੋਇਆ ਮੁਕਾਬਲਾ ਸਖਤ ਹੈ ਇੱਕ ਪਾਸੇ ਜੋਤਾ ਹੈ ਦੂਸਰੇ ਪਾਸੇ ਬੱਟ ਬੱਟ ਜੰਜੂਏ ਵਰ ਗਿਆ ਇਹ ਖੇਡ ਨੂੰ ਦਿੱਤਾ ਉੱਪਰ ਚੜ੍ਹਾ ਲੋਕੀ ਮੁੜ ਮੁੜ ਚੇਤੇ ਕਰਨਗੇ ਜਦੋਂ ਹੋਊਗਾ ਵਰਲਡ ਕੱਪ ਜੀ ਰੇਡਾ ਗਿਆ ਸੀ ਚਿਸ਼ਤੀ ਪਾ ਰੇਡਾ ਗਿਆ ਸੀ ਚਿਸ਼ਤੀ ਪਾ ਚਿਸ਼ਤੀ ਰੇਡ ਪਾ ਰਿਹਾ ਮਲਕ ਸਫਦਰ ਸਾਹਿਬ ਹਾਂਜੀ ਮੁਹੰਮਦ ਸ਼ਫੀਕ ਚਿਸ਼ਤੀ ਦੁਨੀਆਂ ਦਾ ਚਹੇਤਾ ਕਬੱਡੀ ਪਲੇਅਰ ਦੁਨੀਆਂ ਦਾ ਸਮਝਦਾਰ ਕਬੱਡੀ ਪਲੇਅਰ ਨੌਜਵਾਨ ਉਧਰੋਂ ਫਿਰ ਅਰਸ਼ ਦੇ ਨਾਲ ਟੱਕਰ ਹਾਏ ਕਹਿੰਦਾ ਚੁੰਮੀਆਂ ਭਰਦਾ ਨੱਚਦਾ ਟੱਪਦਾ
ਕਬੱਡੀ ਪਾਉਣ ਵਾਸਤੇ ਉਧਰ ਨਫੀਸ ਗੁਜਰ, ਮੁਸ਼ਰਫ ਜਾਵੇਦ ਜਜਵਾ, ਸਾਜਦ ਨਸਾਰ ਗੁਜਰ ਔਰ ਸ਼ਾਨੀ ਫਸਲੇ ਦੀ ਚੇਨ, ਚੌਹਾਂ ਵੀਰਾਂ ਦੀ ਚੇਨ, ਚੌਹਾਂ ਵੀਰਾਂ ਦੀ ਸੰਗਲੀ, ਰਵੀ ਦੀਆਂ ਐਸਐਮ ਅੱਗਾ ਵਰਗੀਆਂ ਬਾਵਾਂ ਅੱਖਾਂ ਬਿਲਕੁਲ ਵੇਦੀਆਂ ਪਈਆਂ ਪਰ ਸੋ ਸ਼ਾਨੀ ਬਸਰਾ ਔਰ ਚਮੜਿਆ ਮੁੰਡਾ ਨਾਲ ਔਰ ਰਵੀ ਔ ਹਾਏ ਹਾਏ ਮੁਕਾਬਲਾ ਬਰਾਬਰ ਟੱਕਰਾ ਪੂਰੀਆਂ ਜਵਾਨੀਆਂ ਖੈਂਦੀਆਂ ਪਰ ਨੰਬਰ ਫੇਡਰ ਦਾ ਨੰਬਰ ਰਵੀ ਦਾ ਨੰਬਰ ਇੰਡੀਆ ਦਾ ਇੰਡੀਆ 37 ਪਾਕਿਸਤਾਨ 38 ਕਬੱਡੀ ਪਾਉਣ ਵਾਸਤੇ ਮਲਕ ਬਿਨਿਆਮੀਨ ਇਹ ਪੱਟਾਂ ਦੇ ਨਾਲ ਪੱਟ ਨੇ ਖੈਂਦੇ ਭਾਈ ਟੌਲਿਆਂ ਨੂੰ ਜਦ ਹੱਥ ਨਹੀਂ ਪੈਂਦੇ ਇਹ ਕਿਹੜੇ ਪਿੰਡ ਦਾ ਗੱਭਰੂ ਲੋਕੀ ਉਂਗਲਾ ਕਰ ਕਰ ਪੁੱਛਦੇ ਨੇ ਅਰੇ ਚੋਲੇ ਵਾਲਾ ਟੱਕਰ ਹੋ ਗਈ ਆ ਅਰੇ ਚੋਲੇ ਵਾਲਾ ਅਗਲੀ ਰੇਡ ਪਾਉਣ ਦੇ ਲਈ ਇਰਫਾਨ ਮਾਰਦਾ ਜੱਟ ਲੁਧਿਆਣਵੀ ਔਰ ਇਸ ਸਮੇਂ ਅੱਗੇ ਵੱਲ ਵੱਧਦਾ ਹੋਇਆ ਸੁਰਲੀ ਖੀਰਾਂ ਵਾਲੀਆਂ ਅਮਰਦੌਲ ਔਰ ਮੇਲਾ ਬਲਵੇੜਾ ਔਰ ਸਿਚੋਲਾ ਇੰਡੀਆ ਦੀ ਟੀਮ ਦੇ ਚਾਰ ਜਾਫੀ ਹਰਪ੍ਰੀਤ ਸਿੰਘ ਬਾਬਾ ਔਰ ਗੁਰਦੀਪ ਬਿੱਟੀ ਕੱਕਾ ਦਵਿੰਦਰ ਸਿੰਘ ਬਾਜਵਾ ਮੈਨੇਜਰ ਗੁਰਪ੍ਰੀਤ ਨਥਾਣਾ ਔਰ ਹੇਮਰਾਜ ਹੋਰਾਂ ਦੀ ਟੀਮ ਸਾਹਮਣੇ ਨੌਜਵਾਨ ਅਮਰਦ ਔਲਖਾ ਵਾਲਾ ਆਪਾਂ ਦੇਖ ਰਹੇ ਹਾਂ ਤਾਂ ਸਿੱਟੇ ਔਰ ਛਾਲ ਮਾਰੀਏ ਲੋ ਚੌਥੇ ਦੀ ਪੈਂਦੀ ਰੇਡ ਕਹਿੰਦੇ ਵੱਡਾ ਖਿਡਾਰੀ ਵੱਡੇ ਹੌਸਲੇ ਦਾ ਮਾਲਕ ਖੇਡ ਮੈਦਾਨ ਦੇ ਵਿੱਚ ਅੱਜ ਪੰਜਾਬ ਸਟੇਡੀਅਮ ਨਹੀਂ ਬਲਕਿ ਪੂਰੀ ਦੁਨੀਆ 'ਤੇ ਇਹ ਵਰਲਡ ਕੱਪ ਦਾ ਨਜ਼ਾਰਾ ਹੋ ਰਿਹਾ ਲੋ ਮੁਸ਼ਰਫ ਜਜਵੇ ਦੇ ਨਾਲ ਹਲਕਾ ਜਿਹਾ ਟੱਚ ਹੋਇਆ ਪੈਰ ਤਿਲਕੇ ਨੇ ਉਖੜੇ ਪੈਰ ਔਰ ਨੰਬਰ ਇੰਡੀਆ ਦੀ ਟੀਮ ਦੇ ਹਿੱਸੇ ਅਜਰੇ ਪਾਕਿਸਤਾਨ ਦੀ ਟੀਮ ਦੇ 40 ਨੰਬਰ ਰੀਪਲੇ ਦੇ ਵਿੱਚ ਆਪਾਂ ਫਿਰ ਦੇਖਾਂਗੇ ਕਿ ਇੱਕ ਵਾਰੀ ਮੁਸ਼ਰਫ ਨੇ ਢਾਉਣ ਦੀ ਗੱਲ ਕੀਤੀ ਲੇਕਿਨ ਆਪਣੇ ਪੈਰ ਉਖੜੇ ਨੇ ਔਰ ਨੰਬਰ ਜੋ ਹੈ ਇਸ ਸਮੇਂ ਸ਼ਫੀਕ ਚਿਸ਼ਤੀ ਨੱਚਦਾ ਟੱਪਦਾ ਲੁੱਟੀਆਂ ਪਾਉਂਦਾ ਹੋਇਆ ਨੰਬਰ ਦਾ ਕਰ ਚੁੱਕਿਆ ਵਾਧਾ ਪਾਕਿਸਤਾਨ ਦੀ ਟੀਮ ਦੇ ਵਾਸਤੇ ਇਹ ਬੜਾ ਮਹਿੰਗਾ ਜੋ ਨੰਬਰ ਜੋੜਿਆ ਸ਼ਫੀਕ ਚਿਸ਼ਤੀ ਰੀਪਲੇ ਦੇ ਵਿੱਚ ਫਿਰ ਦੇਖਿਆ ਜਾ ਰਿਹਾ ਔਰ ਨੰਬਰ ਜੋ ਹੈ ਲੋ ਰਵੀ ਦੀ ਕਬੱਡੀ ਇਧਰਲੇ ਪਾਸੇ ਕਹਿੰਦਾ ਰਵੀ ਔਰ ਸਾਹਮਣੇ ਕੈਂਚੀ ਦੇ ਵਿੱਚ ਆਈ ਹੋਈ ਹੱਥ ਆਪਣੀ ਟੀਮ ਵਾਸਤੇ ਇੱਕ ਨੰਬਰ ਦਾ ਇਜਾਫਾ ਕੀਤਾ ਇਹਦੇ ਨਾਲ ਹੀ ਪਾਕਿਸਤਾਨ 40 ਪਾਕਿਸਤਾਨ 43 ਇੰਡੀਆ 40 ਤਿੰਨਾਂ ਨੰਬਰਾਂ ਦਾ ਫਰਕ ਤਿੰਨਾਂ ਨੰਬਰਾਂ ਦੀ ਲੀਡ ਹੈ ਇਸ ਟਾਈਮ ਪਾਕਿਸਤਾਨ ਦੇ ਕੋਲ ਤਿੰਨ ਨੰਬਰ ਦਾ ਐਡਵਾਂਟੇਜ ਹੈ ਔਰ ਵੇਨੇ ਪਏ ਇਸ ਟਾਈਮ ਔਰ ਯਹਾਂ ਇੱਕ ਵਕਫਾ ਲਿਆ ਗਿਆ ਹੈ ਪਾਣੀ ਕੇ ਵਕਫੇ ਬਾਅਦ ਦੁਬਾਰਾ ਹਾਜ਼ਰ ਹੋਤੇ ਹੈਂ ਜੋ ਵਾਈਸ ਕਪਤਾਨ ਹੈ ਪਾਕਿਸਤਾਨ ਦਾ ਇਹਦੇ ਨਾਲ ਹੀ ਪਾਕਿਸਤਾਨ ਜਿੱਤ ਗਿਆ ਪਾਕਿਸਤਾਨ 43 ਇੰਡੀਆ 43 ਜਿੱਤ ਹੋ ਗਈ ਆ ਫਤਿਹ ਮਿਲ ਗਈ ਆ ਪਾਕਿਸਤਾਨ ਦੇ ਖਾਤੇ ਵੇਖੋ ਖਰਾਕਾਂ ਕਰੋ ਮਿਹਨਤਾਂ ਇਹ ਮੌਕੇ ਮਿਲਦੇ ਨਹੀਂ ਪਹਿਲੇ ਤੇ ਦੂਜੇ ਇਨਾਮ ਕਿਤੇ ਸੌਕੇ ਮਿਲਦੇ ਨਹੀਂ ਲੋ ਐਸੇ ਦੇ ਸੌਕੇ ਮਿਲਦੇ ਨਹੀਂ
ਆ ਕਬੱਡੀ ਜਿੰਦਾਬਾਦ ਪਾਕਿਸਤਾਨ ਜਿੰਦਾਬਾਦ ਅੱਜ ਪਾਕਿਸਤਾਨ ਦੀ ਫਤਿਹ ਅੱਜ ਕਬੱਡੀ ਦੀ ਫਤਿਹ ਹੋ ਗਈ ਆ ਅੱਜ ਪੂਰੀ ਦੁਨੀਆ ਦੇ ਉੱਪਰ ਕਬੱਡੀ 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 ਹੋ ਗਈ ਤੁਸੀਂ ਵੇਖਦੇ ਪਏ ਟੀਵੀ ਦੀ ਸਕਰੀਨ ਉੱਪਰ ਜੱਟ ਸਾਹਿਬ ਮੁਬਾਰਕਬਾਦਾਂ ਔਰ ਮੈਂ ਵੇਖਦਾ ਪਿਆ ਕਿ ਪਾਕਿਸਤਾਨੀ ਪਲੇਅਰ ਐਸਐਮ ਆ ਮਾਨਾ ਜੱਟ ਐਸਐਮ ਇਹ ਲੋਕ ਪਵਾਮ ਨੇ ਆਪਣੇ ਕੰਧਿਆਂ ਦੇ ਨੌਜਵਾਨ ਚੱਕਿਆ ਹੋਇਆ ਮਲਕ ਬਿਨ ਗਮੀਨ मुबारक हो यार मेरी तरफ से पाकिस्तान को कबड्डी का मैच जीतने पे और इंडिया को इंडिया ने बहुत अच्छा यार खेला तो दोनों टीमों को बहुत बहुत मुबारकबाद इंडिया को मुबारकबाद कि वो फाइनल तक पहुंचे बहुत अच्छी टीम इंडिया की और वेल प्लेड पाकिस्तान शुरू में यार लग रहा था देखा ही है जिस तरह के अपने हाईलाइट्स में कि पाकिस्तान जो है वो हारता हुआ नज़र आ रहा था लेकिन एंड राउंड्स में बहुत अच्छी कारकर्दगी की कुछ थोड़े से क्लैशेस थोड़े से इश्यूज़ भी बने आपने देखे हाईलाइट में तो दोनों टीमों को यार मुबारकबाद तो स्पोर्ट्स की जीत हुई कबड्डी की जीत हुई इसको आपसी लड़ाई ना बनाएं स्पोर्ट्स को प्रमोट करें आगे PSL भी आ रहा है उसके बाद IPL भी साथ ही शुरू होगा तो उसका इंतज़ार करते हैं अब अगले स्पोर्ट्स की तरफ तक तब के लिए रखें तब तक के लिए रखें अपना ख्याल मैं हूँ आपका दोस्त SAK अंटिल देन पीस आउट